ਇਨੇਮੋ ਮੇਰਾ ਕੁੜਤਾ ਸੀ ਉਹ ਕਿੱਥੇ ਹੈ ਡੈਡੀ ਜੀ ਉਹ ਤਾਂ ਮੈਂ ਅੰਦਰ ਰੱਖਿਆ ਹੀ ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ ਜਾਂ ਲਿਆ ਦਿਖਾ ਮੈਨੂੰ ਦੇਖ ਕੇ ਭੁੱਖ ਲੈਂਦੀ ਹੈ ਆਹੋ ਉਹ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕਿੱਥੇ ਦੀ ਤਿਆਰੀ ਕਿੱਧਰ ਨੂੰ ਚੱਲੇ ਮੈਂ ਕਿੱਧਰ ਜਾਣਾ ਹੈ ਤੁਸੀਂ ਚੱਲੋ ਤੂੰ ਕੀ ਦੇਖਦਾ ਬਿਟਰ ਬਿਟਰ ਤੂੰ ਵੀ ਚੱਲ ਸਾਲਿਆ ਉਹ ਚਾਚਾ ਕਮਾਲ ਹੈ ਤੂੰ ਤਾਂ ਜਾਣੀ ਜਾਣਾ ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ ਹੋਰ ਇਹੀ ਤਾਂ ਤੈਨੂੰ ਅੱਜ ਦੇਖਣਾ ਹੈ ਆਪਦੀ ਭੈਣ ਵਾਸਤੇ ਸੱਚੀ ਹਾਂ ਫਿਰ ਦੇਖਦੇ ਕੀ ਉਹ ਬੈਠੋ ਬੈਠਦੇ ਓਏ ਇੱਥੇ ਕਿਉਂ ਬਹਿ ਗਿਆ ਪਤੰਦਰਾ ਮੈਂ ਤੈਨੂੰ ਬੈਠਣ ਨੂੰ ਕਿਹਾ ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ ਇੱਥੇ ਬੈਠ ਇੱਧਰ ਆ ਜਾ ਅੱਛਾ ਜੀ ਨਿੰਮੋ ਚਾਹ ਪਾਣੀ ਲਿਆਈ ਹਾਂਜੀ ਡੈਡੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇੱਦਾਂ ਕਿਉਂ ਝਾਂਕਦਾ ਹੈ ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ ਬਸ ਐਂ ਅੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ ਇਹਦਾ ਮਤਲਬ ਮੈਂ ਝੋਟਾ ਹੈ ਨਹੀਂ ਜੀ ਦਰਅਸਲ ਇਹ ਬਚਪਨ ਦੇ ਵਿੱਚ ਅਸੀਂ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ ਇਹਦੀਆਂ ਡਰ ਨਾਲ ਅੱਖਾਂ ਐਂ ਅੱਡੀਆਂ ਰਹਿ ਗਈਆਂ ਜੀ ਬਸ ਇੱਥੇ ਐਡਜਸਟ ਹੋ ਗਈਆਂ ਇਹਦੀ ਭੈਣ ਦੀ ਮਗਰ ਤਾਂ ਨਹੀਂ ਕੋਈ ਡੰਗਰ ਪਛਾ ਪਿਆ ਕਿਤੇ ਉਹਦੀਆਂ ਵੀ ਅੱਖਾਂ ਐਂ ਹੋਣ ਨਹੀਂ ਜੀ ਨਹੀਂ ਉਹ ਤਾਂ ਠੀਕ ਹੈ ਜੀ ਸਿਆਣਿਆਂ ਨੇ ਕਿਹਾ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ ਇਹ ਕਿਹਨੇ ਕਹਤਾ ਜੀ ਤੁਹਾਡੇ ਘਰ 'ਚ ਲੱਗਦਾ ਤਾਂ ਹੈ ਨਹੀਂ ਸਿਆਣਾ ਕੋਈ ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਹਾਂਜੀ ਰੱਬ ਦਾ ਨਾਂ ਲੈਂਦੇ ਆ ਚਲੋ ਲਓ ਜੀ ਫਿਰ ਹਾਂਜੀ ਰੱਬ ਦਾ ਨਾਂ ਲੈਂਦੇ ਆ ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ ਲੈ ਲਿਆ ਜੀ ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ ਹਾਂਜੀ ਮੈਂ ਤਾਂ ਲੈ ਲਿਆ ਸੀ ਚਲੋ ਫਿਰ ਮੇਰਾ ਵੀ ਹੋ ਗਿਆ ਹਾਂਜੀ ਚੱਲ ਬੂਟੇ ਤੂੰ ਮੈਂ ਆਉਣਾ ਆ ਹੋਰ ਲੈ ਚੱਕ ਇਹ ਕਿਹੜਾ ਹਜਮ ਹੋਣਾ ਕਿਸੇ ਦੇ ਧੀਏ ਤੂੰ ਵੀ ਚੱਲ ਚਲੋ ਜੀ ਫਿਰ ਤਾਂ ਮੈਂ ਵੀ ਚੱਲਦਾ ਇੱਕ ਮਿੰਟ ਇੱਕ ਮਿੰਟ ਇਹ ਆ ਫੜੋ ਇਹ ਸ਼ਗਨ ਦੇ ਰਹੇ ਚਾਚਾ ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ ਇਹ ਸ਼ਗਨ ਨਹੀਂ ਡਾਕਟਰ ਦੀ ਫੀਸ ਹੈ ਮੁੰਡੇ ਦਾ ਇਲਾਜ ਕਰਾਓ ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ ਨਹੀਂ ਕਢਾਈ ਛੱਡੋ ਐਂ ਘੂਰਦਾ ਮੇਰੇ ਅੰਨੀ ਬਈ ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ ਉਹਨੂੰ ਕੱਟ ਕੇ ਲਿਜਾਣਾ ਠੀਕ ਹੈ ਜੀ ਕਰਾ ਲਿਓ ਇਲਾਜ ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ